ਸਤਿ ਸ੍ਰੀ ਅਕਾਲ। ਜ਼ਿੰਦਗੀ ਵਿੱਚ ਗੱਲਾਂ ਤਾਂ ਬਹੁਤ ਵਾਪਰਦੀਆਂ ਨੇ, ਲੇਕਿਨ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਹਮੇਸ਼ਾ ਤੁਹਾਡੇ ਦਿਮਾਗ 'ਚ ਰਹਿੰਦੀਆਂ ਨੇ, ਉਹ ਤੁਹਾਨੂੰ ਕਦੀ ਵੀ ਨਹੀਂ ਭੁੱਲਦੀਆਂ। ਮੈਨੂੰ ਯਾਦ ਆ ਜਦੋਂ 2005 ਦੇ 31 ਦਸੰਬਰ ਨੂੰ ਮੈਂ ਅੰਮ੍ਰਿਤਸਰ ਤੋਂ ਜਹਾਜ਼ 'ਚ ਬਹਿ ਕੇ ਕੈਨੇਡਾ ਲਈ ਪਹਿਲੀ ਵਾਰੀ ਚੱਲਿਆ, ਔਰ ਮੈਂ 1 ਜਨਵਰੀ 2006 ਨੂੰ ਇੱਥੇ ਪਹੁੰਚਿਆ, ਤਾਂ ਮੇਰਾ ਜਿਹੜਾ ਪਰਮ ਮਿੱਤਰ ਦੋਸਤ ਸੀਗਾ ਜਿਹਦੇ ਕੋਲ ਮੈਂ ਆ ਕੇ ਠਹਿਰਨਾ ਸੀਗਾ, ਉਹਨੇ ਮੈਨੂੰ ਇੱਕ ਪਹਿਲੀ ਹਦਾਇਤ ਇਹ ਦਿੱਤੀ ਕਿ ਚੀਮਾ ਸਾਹਿਬ, ਪਹਿਲਾ ਵੀਜ਼ਾ ਤਾਂ ਤੁਹਾਡਾ ਲੱਗ ਗਿਆ ਵਾ, ਲੇਕਿਨ ਦੂਜਾ ਵੀਜ਼ਾ ਉਦੋਂ ਲੱਗਦਾ ਵਾ ਜਦੋਂ ਤੁਸੀਂ ਟਰੱਕ ਦਾ ਲਾਇਸੈਂਸ ਲੈਂਦੇ ਹੋ ਕੈਨੇਡਾ 'ਚ। ਸੋ ਉਹਦੇ ਦਿੱਤੀ ਹੋਈ ਇੰਟਰੈਕਸ਼ਨ ਦੇ ਹਿਸਾਬ ਨਾਲ ਮੈਂ ਡਰਾਈਵਿੰਗ ਦੇ ਟੈਸਟ ਸ਼ੁਰੂ ਕਰ ਦਿੱਤੇ। ਮੈਨੂੰ ਅੱਜ ਵੀ ਯਾਦ ਆ ਕਿ ਉਹਨੇ ਮੈਨੂੰ, ਹਜੇ ਮੈਨੂੰ ਕੈਨੇਡਾ 'ਚ ਆਇਆ ਨੂੰ 3 ਜਾਂ 4 ਦਿਨ ਹੀ ਹੋਏ ਸੀ, ਕਿ ਰਾਤ ਨੂੰ ਮੇਰੇ ਅੱਗੇ ਆ ਕੇ ਕਿਤਾਬ ਸੁੱਟੀ ਕਿ ਭਾਅ ਜੀ ਇਹ ਕਿਤਾਬ ਅੱਜ ਰਾਤ 'ਤੇ ਖਤਮ ਕਰਨੀ ਹੈ, ਸਵੇਰੇ ਆਪਾਂ ਜਾ ਕੇ ਰਿਟਰਨ ਟੈਸਟ ਦੇਣਾ ਵਾ। ਸੋ ਉਸ ਪ੍ਰੈਸ਼ਰ 'ਚ ਮੈਂ ਸਾਰੀ ਰਾਤ ਪੜ੍ਹਦਾ ਰਿਹਾ, ਸਵੇਰੇ ਜਾ ਕੇ ਉਹ ਜਦੋਂ ਟੈਸਟ ਦਿੱਤਾ ਤਾਂ ਮੇਰੀ ਚੰਗੀ ਕਿਸਮਤ ਕਿ ਉਹ ਮੈਂ ਟੈਸਟ 'ਚ ਕਲੀਅਰ ਹੋ ਗਿਆ। ਉਸ ਤੋਂ ਬਾਅਦ ਕਾਰ ਦੇ ਟੈਸਟ ਅਤੇ ਕਾਰ ਦਾ ਟੈਸਟ ਵੀ ਕਲੀਅਰ ਕਰ ਲਿਆ, ਔਰ ਮਾਰਚ ਮਹੀਨੇ ਦੇ ਜਾਂਦੇ ਜਾਂਦੇ ਮੈਂ ਟਰੱਕ ਦੇ ਲਾਇਸੈਂਸ ਵੀ ਜਿਹੜੇ ਡਰਾਈਵਿੰਗ ਟੈਸਟ ਲੈਣੇ ਵੀ ਸ਼ੁਰੂ ਕਰ ਦਿੱਤੇ। ਮੈਨੂੰ ਅੱਜ ਵੀ ਯਾਦ ਹੈ ਕਿ ਮਾਰਚ ਦੇ ਮਹੀਨੇ ਵਿੱਚ ਵੀ ਕਾਫੀ ਸਰਦੀ ਹੁੰਦੀ ਹੈ ਕੈਨੇਡਾ ਦੇ ਵਿੱਚ, ਮੈਂ ਇੱਕ ਟੈਸਟ ਤੋਂ ਬਾਅਦ ਜਦੋਂ ਉੱਥੇ ਖੜਾ ਸੀਗਾ ਇੱਕ ਰੋਡ ਉੱਤੇ ਟ੍ਰਾਂਜਿਟ ਦੀ ਬੱਸ ਦੀ ਵੇਟ ਕਰ ਰਿਹਾ ਸੀ ਘਰ ਨੂੰ ਜਾਣ ਵਾਸਤੇ, ਤਾਂ ਮੇਰੇ ਲਾਗੇ ਆ ਕੇ ਇੱਕ ਵੈਨ ਰੁਕਦੀ ਆ। ਵੈਨ 'ਚ ਇੱਕ ਸਰਦਾਰ ਜੀ ਨੇ ਸ਼ੀਸ਼ਾ ਖੋਲ੍ਹ ਕੇ ਮੇਰੇ ਵੱਲੇ ਇਸ਼ਾਰਾ ਕੀਤਾ ਕਿ ਆ ਜਾਓ ਮੈਂ ਤੁਹਾਨੂੰ ਰਾਈਡ ਦੇ ਦਿੰਦਾ ਵਾਂ। ਮੈਂ ਉਹਨਾਂ ਦੀ ਗੱਡੀ ਵਿੱਚ ਬਹਿ ਗਿਆ। ਮੁੱਢਲੀ ਜਾਣ ਪਹਿਚਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਸਵਾਲ ਕੀਤਾ ਕਿ ਦੱਸੋ ਆਪਣੇ ਬਾਰੇ, ਕਿੱਥੋਂ ਆਏ, ਕਿਵੇਂ ਆਏ। ਤਾਂ ਉਦੋਂ ਤੱਕ ਮੈਂ ਕੈਨੇਡਾ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆਈਆਂ ਸੀ, ਮੈਂ ਇੰਨਾ ਜ਼ਿਆਦਾ ਨੈਗੇਟਿਵ ਹੋ ਚੁੱਕਾ ਸੀ ਕੈਨੇਡਾ ਬਾਰੇ ਕਿ ਮੈਂ ਜਿਵੇਂ ਮੇਰੇ ਅੰਦਰੋਂ ਕੋਈ ਉਬਾਲ ਨਿਕਲਦਾ ਵਾ, ਤਾਂ ਮੈਂ ਸ਼ੁਰੂ ਕਰ ਦਿੱਤਾ ਕਿ ਮੈਂ ਤਾਂ ਇੰਡੀਆ 'ਚ ਆਹ ਕਰਦਾ ਸੀ, ਮੈਂ ਤਾਂ ਬੜੀ ਵਧੀਆ ਜੋਬ 'ਤੇ ਸੀ, ਮੈਨੂੰ ਕਾਰ ਮਿਲੀ ਹੋਈ ਸੀ, ਮੈਨੂੰ ਡਰਾਈਵਰ ਕੰਪਨੀ ਦਿੱਤਾ ਹੋਇਆ ਸੀਗਾ, ਮੈਂ ਵਧੀਆ ਹੋਟਲਾਂ 'ਚ ਠਹਿਰਦਾ ਸੀਗਾ, ਇੱਥੇ ਆ ਕੇ ਤਾਂ ਮੈਂ ਬਹੁਤ ਬੁਰੀ ਤਰ੍ਹਾਂ ਫਸ ਗਿਆ ਵਾਂ, ਇੱਥੇ ਦੇਖੋ ਮੈਨੂੰ ਟਰੱਕ ਦੇ ਲੈਣੇ ਪੈ ਰਹੇ ਆ ਲੈਸਨ ਜਿਹੜੇ ਕਿ ਮੈਨੂੰ ਠੀਕ ਨਹੀਂ ਲੱਗ ਰਿਹਾ। ਸੋ ਕਾਫੀ ਦੇਰ ਤੱਕ ਮੇਰੀਆਂ ਗੱਲਾਂ ਚੁੱਪ ਕਰਕੇ ਸੁਣਦਾ ਰਿਹਾ। ਥੋੜ੍ਹੇ ਚਿਰ ਬਾਅਦ ਮੈਨੂੰ ਉਹਨਾਂ ਸਵਾਲ ਕੀਤਾ ਜਦੋਂ ਮੈਂ ਆਪਣੀ ਸਾਰੀ ਪੜਾਸ ਕੱਢ ਚੁੱਕਾ ਸੀਗਾ, ਤਾਂ ਉਹਨੇ ਪੁੱਛਿਆ ਕਿ ਸਰਦਾਰ ਜੀ ਕੋਈ ਹੋਰ ਗੱਲ ਤਾਂ ਨਹੀਂ ਰਹਿ ਗਈ? ਮੈਂ ਕਿਹਾ ਜੀ ਨਹੀਂ। ਅਤੇ ਮੈਨੂੰ ਕਹਿੰਦਾ ਜੀ ਹੁਣ ਸੁਣੋ ਮੇਰੀ ਗੱਲ, ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂ, ਤੁਸੀਂ ਮਾਇੰਡ ਤਾਂ ਨਹੀਂ ਕਰੋਗੇ? ਮੈਂ ਕਿਹਾ ਨਹੀਂ ਜੀ, ਪੁੱਛ ਸਕਦੇ ਹੋ ਤੁਸੀਂ, ਜੇ ਤੁਸੀਂ ਮੇਰੀਆਂ ਇੰਨੀਆਂ ਗੱਲਾਂ ਸੁਣੀਆਂ ਤੁਸੀਂ ਸਵਾਲ ਵੀ ਪੁੱਛ ਸਕਦੇ ਹੋ। ਤਾਂ ਮੈਨੂੰ ਉਸ ਸ਼ਖਸ ਨੇ ਅੱਜ ਵੀ ਯਾਦ ਆ ਇਹ ਸਵਾਲ ਪੁੱਛਿਆ ਕਿ ਸਰਦਾਰ ਜੀ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਕਿ ਤੁਸੀਂ ਕੈਨੇਡਾ ਆਏ ਸੀਗੇ ਕਿ ਕੈਨੇਡਾ ਤੁਹਾਨੂੰ ਲੈਣ ਗਿਆ ਸੀਗਾ? ਸੋ ਮੈਂ ਉਹਦਾ ਇਹ ਸਵਾਲ ਸੁਣ ਕੇ ਇੱਕਦਮ ਸ਼ਸ਼ੋਪੰਚ ਪੈ ਗਿਆ ਕਿ ਮੈਂ ਉਹਨੂੰ ਇਸ ਚੀਜ਼ ਦਾ ਕੀ ਜਵਾਬ ਦੇਵਾਂ। ਮੈਂ ਉਹਨੂੰ ਕਿਹਾ ਵੀ ਨਹੀਂ ਜੀ, ਮੈਂ ਕੈਨੇਡਾ ਆਇਆ ਸੀ। ਤਾਂ ਮੈਨੂੰ ਉਹਨੇ ਅਗਲੀ ਹਦਾਇਤ ਇਹ ਦਿੱਤੀ ਕਿ ਸਰਦਾਰ ਜੀ ਹੁਣ ਜੇ ਕੈਨੇਡਾ ਆ ਗਏ ਹੋ ਨਾ, ਤਾਂ ਹੁਣ ਜਿਹੜਾ ਰੋਣਾ ਛੱਡ ਦਿਓ ਅਤੇ ਹੁਣ ਇਸ ਮੁਲਕ ਵੱਲ ਵੇਖੋ ਅਤੇ ਆਪਣੇ ਜਾ ਕੇ ਮਿਹਨਤ ਕਰੋ ਅਤੇ ਹੌਲੀ ਹੌਲੀ ਇੱਥੇ ਪੈਰ ਲਾਓ। ਇਹ ਦੇਸ਼ ਵਿੱਚ ਚੁਣੌਤੀਆਂ ਜ਼ਰੂਰ ਹੈਗੀਆਂ ਨੇ, ਲੇਕਿਨ ਇਹ ਲੈਂਡ ਆਫ ਓਪਰਚੁਨਿਟੀਜ਼ ਹੈ, ਹੌਲੀ ਹੌਲੀ ਤੁਸੀਂ ਆਪਣੇ ਆਪ ਤੁਸੀਂ ਸਾਰਾ ਕੁਛ ਬਿਲਕੁਲ ਠੀਕ ਹੁੰਦਾ ਜਾਏਗਾ। ਸੋ ਦਿਲ ਛੱਡਣ ਦੀ ਲੋੜ ਨਹੀਂ। ਸੋ ਉਹਦੀ ਦਿੱਤੀ ਹੋਈ ਨਸੀਹਤ ਅੱਜ ਵੀ ਮੈਨੂੰ ਭੁੱਲਦੀ ਨਹੀਂ ਗੀ। ਮੈਂ ਹਰ ਨਵੇਂ ਕੈਨੇਡੀਅਨ ਨੂੰ ਇਹ ਨਸੀਹਤ ਦੇਣੀ ਚਾਹੁੰਦਾ ਹਾਂ ਕਿ ਜ਼ਰੂਰ ਇਹ ਦੇਸ਼ ਵਿੱਚ ਕੋਈ ਸ਼ਾਰਟਕੱਟਸ ਨਹੀਂ ਹੈਗੇ, ਜਦੋਂ ਤੁਸੀਂ ਆਓਗੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਵਾ, ਲੇਕਿਨ ਘਬਰਾਉਣ ਦੀ ਲੋੜ ਨਹੀਂ। ਹੌਲੀ ਹੌਲੀ ਜੇ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡੇ ਪੈਰ ਇਸ ਧਰਤੀ 'ਤੇ ਲੱਗ ਜਾਣਗੇ। ਸਤਿ ਸ਼੍ਰੀ ਅਕਾਲ।